ਫੜਾ ਦੋ ਦੋ ਤਿੰਨ ਬੰਦੇ ਮਾਈਕ ਕਿੱਥੇ ਮਾਈਕ ਦੇ ਸਭ ਤੋਂ ਪਹਿਲਾਂ ਤਾਂ ਜੀ ਸੱਚੇ ਪਾਤਸ਼ਾਹ ਦਾ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਨ ਕੋਟ ਸ਼ੁਕਰਾਨਾ ਕਿ ਸੱਚੇ ਪਾਤਸ਼ਾਹ ਨੇ ਹਮੇਸ਼ਾ ਹੀ ਸੱਚਾਈ ਦੀ ਜਿੱਤ ਹੋਈ ਹੈ ਔਰ ਧੱਕੇਸ਼ਾਹੀ ਜ਼ਾਲਮ ਸਰਕਾਰਾਂ ਦੇ ਖਿਲਾਫ ਲੜਨ ਦਾ ਬਲ ਆਪਦੇ ਗੁਰੂ ਘਰ ਦੇ ਕੂਕਰਾਂ ਨੂੰ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਔਰ ਉੱਥੇ ਮੈਂ ਸਮੁੱਚੇ ਲੀਡਰਸ਼ਿਪ ਦਾ ਸਾਡੇ ਸਤਿਕਾਰਯੋਗ ਸਾਬਕਾ ਮੰਤਰੀ ਰੱਖੜਾ ਸਾਹਿਬ ਦਾ, ਚੰਦੂ ਮਾਜਰਾ ਜੀ ਦਾ, ਸਾਡੇ MLA ਸਾਹਿਬ ਦਾ, ਡਾਕਟਰ ਸਾਹਿਬ ਦਾ, ਮੇਰੇ ਨਾਲ ਜਿਹੜੇ ਆਏ NK ਸ਼ਰਮਾ ਜੀ ਦਾ, ਸਾਰੇ ਵਕੀਲ ਸਾਹਿਬਾਨਾਂ ਦਾ, ਪਟਿਆਲੇ ਦੀ ਸਮੁੱਚੀ ਲੀਡਰਸ਼ਿਪ ਦਾ, ਸਾਰੇ SGPC ਮੈਂਬਰਾਂ ਦਾ, ਆਪਦੇ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਮੇਰੇ ਨੌਜਵਾਨ ਵਰਕਰਾਂ ਦਾ, ਹਲਕੇ ਦੇ ਜ਼ਿੰਮੇਵਾਰ ਸੱਜਣਾਂ ਦਾ, ਕੱਲੇ ਕੱਲੇ ਵਰਕਰ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ, ਗੁਰਦਾਸਪੁਰ ਜ਼ਿਲ੍ਹਾ, ਮੈਂ ਕੱਲੇ ਕੱਲਾ ਕੀ ਨਾਂ ਲਵਾਂ ਜੀ, ਸਾਰੇ ਤੁਸੀਂ ਦੇਖੋ ਸਵੇਰ ਤੋਂ ਜਦੋਂ ਇੰਨੀ ਠੰਡ 'ਚ ਇੱਥੇ ਆ ਕੇ ਦਾਸ ਵਾਸਤੇ ਆਏ ਆ, ਮੇਰੇ ਕੋਲ ਯੋਗ ਲਫ਼ਜ਼ ਨਹੀਂ ਜਿਨ੍ਹਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਔਰ ਭਰਾ ਤੁਹਾਡਾ ਵੀ ਸਭ ਦਾ ਕਿ ਤੁਸੀਂ ਵੀ ਐਡੀ ਕੜਕਦੀ ਠੰਡ 'ਚ ਮੈਨੂੰ ਲੱਗਦਾ ਵੈਸੇ ਤਾਂ ਨਹੀਂ ਇੰਨਾ ਧਿਆਨ ਦਿੰਦੇ ਸਾਡਾ ਊਂ, ਮਗਰ ਅੱਜ ਦੇ ਮੌਕੇ 'ਚ ਮੇਰਾ ਬੜਾ ਖਾਸ ਧਿਆਨ ਤੁਸੀਂ ਰੱਖਦੇ ਹੋ। ਚੰਗਾ ਹੀ ਬਣਿਆ ਭਰਾ, ਤੈਨੂੰ ਅਗਲੀ ਵਾਰੀ ਤੈਨੂੰ ਵੀ ਵਿੱਚ ਪਵਾ ਦਿਆਂਗੇ। SIT ਵੀ ਗੁੱਸਾ ਨਾ ਕਰਿਓ, SIT ਵੀ ਮਜ਼ਾਕ ਹੀ ਬਣ ਗਈ ਹੈ। ਵੇਖੋ ਇਹ 5ਵੀਂ 6ਵੀਂ SIT ਬਣ ਗਈ ਔਰ ਹਰ ਸਿੱਟ ਦੇ ਸਿੱਟਾਂ ਨਿਕਲਦੀ ਔਰ ਮੈਂ ਬਾਰ ਬਾਰ ਕਹਿ ਦਿਆਂ, ਦੇਖੋ ਇਹ ਸਭ ਨੂੰ ਪਤਾ ਕਿ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਆ ਉਹ ਮੇਰਾ ਕਾਗਜ਼ ਕੱਢ ਕੇ ਲਿਆਈ, ਉਹ ਕਾਗਜ਼ ਜਿਹੜਾ ਆਪਣਾ ਮੇਰੇ ਕਾਗਜ਼ਾਂ 'ਚੋਂ, ਇਹ ਚੱਟੋਪਾਧਿਆ ਸਾਹਿਬ ਦੇ, ਸਾਹਿਬ ਤਾਂ ਕਾਹਦਾ ਕਹਿਣਾ ਉਹਨੂੰ, ਜਿਹੜਾ 22 ਦਿਨ 'ਚ DGP ਕੁਰਸੀ ਤੋਂ ਲੱਥ ਗਿਆ ਹੋਵੇ, ਸੁਪਰੀਮ ਕੋਰਟ ਦਾ ਨਕਾਰਿਆ ਹੋਵੇ, UPSC ਦਾ ਨਕਾਰਿਆ ਹੋਵੇ, ਅੱਜ ਜਿਹੜਾ ਮੇਜਰ ਪੈਨਲਟੀ ਚਾਰਜਸ਼ੀਟ ਹੋਵੇ ਪ੍ਰਧਾਨ ਮੰਤਰੀ ਸਿਕਿਉਰਿਟੀ 'ਤੇ, ਉਹਦੀ ਇਸ ਗੱਲ ਦੀ ਵੀ ਇਨਕੁਆਇਰੀ ਖੁੱਲ ਗਈ ਹੈ ਕਿ ਉਹਨੇ PO ਨੂੰ, ਜਿਹੜੇ ਕੋਰਟ ਤੋਂ PO ਹੁੰਦੇ ਆ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ,
ਪੀਓ ਨੂੰ ਬਹਿ ਕੇ ਰੋਟੀ ਖਾਂਦਾ ਸੀ, ਉਹਨੂੰ ਬੇਟਾ ਬੇਟਾ ਕਰਕੇ ਉਹ ਸੰਬੋਧਨ ਹੁੰਦਾ ਸੀ। ਪੀਓ ਦੇ ਆਖੇ ਉਹ ਬਦਲੀਆਂ ਕਰਦਾ ਸੀ, ਥਾਣੇਦਾਰ ਲੱਗਦੇ ਸਨ। ਜਿਹੜੇ ਬੰਦਾ ਅੱਜ ਇੰਦਰਪ੍ਰੀਤ ਚੱਡੇ ਦੇ ਕੇਸ 'ਚ ਅਕਿਊਜ਼ਡ ਹੋਵੇ 302 'ਚ, ਇਹ ਜੇ ਨਲਾਇਕ ਪੁਲਿਸ ਅਫਸਰ ਤਾਂ ਕੁਛ ਕਰ ਸਕਦੇ ਸੀ। ਔਰ ਇਹੀ ਕਾਰਨ ਬਣਿਆ ਕਿ ਗੁਰੂ ਘਰ 'ਚ ਤੁਸੀਂ ਕਹਿ ਸਕਦੇ ਹੋ ਦੇਰ ਅੰਧੇਰਨੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅੱਜ ਇਹਨਾਂ ਦੀਆਂ ਕੀਤੀਆਂ ਇਹਨਾਂ ਦੇ ਸਾਹਮਣੇ ਆ ਰਹੀਆਂ। ਤੁਸੀਂ ਕੋਈ ਅਫਸਰ ਪੰਜਾਬ ਪੁਲਿਸ ਦਾ ਕੀ ਦੇਸ਼ ਦੁਨੀਆ 'ਚ ਨਹੀਂ ਲੱਭੂਗਾ ਜਿਹੜਾ ਪੀਓ ਨਾਲ ਬਹਿ ਕੇ ਰੋਟੀਆਂ ਖਾਵੇ, ਉਹਨੂੰ ਘਰੇ ਸੱਦੇ, ਉਹਦੇ ਆਖੇ ਬਦਲੀਆਂ ਕਰੇ, ਸਿਕਿਉਰਿਟੀ ਦੇਵੇ। ਇਹ ਤੋਂ ਗੈਰ ਕਾਨੂੰਨੀ ਕੰਮ ਕੋਈ ਨਹੀਂ ਕਰ ਸਕਦਾ ਸੀ। ਉਹੋ ਜਿਹੇ ਨੇ ਮੇਰੇ ਤੇ ਪਰਚਾ ਦਿੱਤਾ, ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ। 3 DGP ਬਦਲਤੇ, 4 ADGP ਬਦਲਤੇ, 3 AG ਬਦਲ ਗਏ। ਇਹ ਪਰਚਾ ਤਾਂ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ। ਪ੍ਰਧਾਨ ਮੰਤਰੀ ਸਿਕਿਉਰਿਟੀ ਲੁਧਿਆਣਾ ਕੋਰਟ ਦਾ ਬੰਬ ਬਲਾਸਟ, ਪੀਓ ਨੇ ਰੋਟੀਆਂ। ਇਸ ਲਈ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ। ਧਾਰਾ ਵੀ ਉਹਨੇ ਆਪ ਲਾਈ, ਉਹ ਤਾਂ ਥਾਣੇਦਾਰ ਲਾਉਂਦਾ, ਮੇਰੇ ਤੇ ਉਹਨੇ ਲਾਤੀ। ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਆਨਰੇਬਲ ਹਾਈ ਕੋਰਟ ਨੇ ਆਪਦੇ ਆਰਡਰ 'ਚ ਦਿੱਤਾ, ਮਗਰ ਸਰਕਾਰਾਂ ਨਹੀਂ ਮੰਨਦੀਆਂ। ਦੇਖੋ ਮੈਂ ਕੇਜਰੀਵਾਲ ਸਾਹਿਬ 'ਤੇ ਬਿਪਤਾ ਪਈ ਹੈ, ਮੈਨੂੰ ਉਹਨਾਂ ਨਾਲ ਹਮਦਰਦੀ ਹੈ। ਔਰ ਮੇਰਾ ਤਾਂ ਉਹਨਾਂ ਦਾ ਫਰਕ ਵੇਖ ਲਓ, ਉਹ ਤਾਂ ਜਾਂਦੇ ਨਹੀਂ, ਚਾਰ ਚਾਰ ਵਾਰੀ ਸੱਦੇ ਤੇ ਮੈਂ ਤਾਂ ਆਈ ਵਾਰੀ ਆਇਆ, ਕਿਉਂਕਿ ਮੈਨੂੰ ਪਤਾ ਝੂਠਾ ਪਰਚਾ। ਮੈਂ ਤੁਹਾਨੂੰ ਕਾਂਗਰਸ ਵੇਲੇ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਪਰਚਾ ਮੇਰੇ ਤੇ ਨਵਾਂ ਦਰਜ ਕਰਨਾ ਪੈਣਾ, ਉਹਨਾਂ ਨੂੰ ਕਰਨਾ ਪਿਆ। ਅੱਜ ਵੀ ਮੈਂ ਕਹਿੰਦਾ ਭਗਵੰਤ ਮਾਨ ਨੂੰ ਚਾਹੀਦੇ ਕੰਪਰੋਮਾਈਜ਼ਡ ਲੀਡਰ, ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ, ਜਾਂ ਉਹਦੀ ਜੇਬ ਕਰਮ ਕਰਕੇ ਜਾਣ, ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ। ਮਜੀਠੀਆ, ਨਾ ਤੇਰੀ ਜੇਬ ਗਰਮ ਕਰੂ, ਨਾ ਤੇਰੇ ਗੋਡੀ ਹੱਥ ਲਓ, ਐਕਸਪੋਜ਼ ਕਰੂ। ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ, ਜਿਹੜੇ ਤੈਨੂੰ ਐਕਸਪੋਜ਼ ਕਰਦੇ ਆ, ਤੈਨੂੰ ਸਵਾਲ ਕਰਦੇ ਆ, ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ। ਜੀ ਸੱਦ ਕੇ ਕਰ ਲਾ, ਜ਼ਾਲਮ ਸਰਕਾਰਾਂ ਕਰਦੀਆਂ ਨੇ, ਜੇਲ੍ਹਾਂ 'ਚ ਤੁਸੀਂ ਘਲਾ ਸਕਦੇ ਹੋ, ਤੁਹਾਡੀ ਤਾਕਤ ਹੈ, ਝੂਠੇ ਪਰਚੇ ਤੁਸੀਂ ਦੇ ਸਕਦੇ ਹੋ, ਮਗਰ ਉਹ ਤੋਂ ਬਾਅਦ ਮੇਰਾ ਵੀਰ ਜੇਲ ਇਜ਼ ਨੋਟ ਦੀ ਐਂਡ ਆਲ। ਉਹ ਤੋਂ ਬਾਅਦ ਕੋਰਟਾਂ ਫੈਸਲਾ ਕਰਦੀਆਂ ਨੇ ਕਿ ਪਰਚੇ ਸਹੀ ਸੀ ਕਿ ਗਲਤ ਸੀ। ਹਾਈ ਕੋਰਟ ਨੇ 26-27 ਸਫਿਆਂ 'ਚ ਮੇਰੇ ਮਸਲੇ 'ਚ ਰੂਲਿੰਗ ਦਿੱਤੀ। ਔਰ ਜਿਹਨੇ ਪਰਚਾ ਦਰਜ ਕੀਤਾ, ਆਹ ਵੇਖ ਲਓ ਕੀ ਉਹਦੀ ਖਬਰਾਂ ਲੱਗਦੀਆਂ ਰਹੀਆਂ ਨੇ। ਕਦੇ ਕੋਈ DGP ਸੁਣਿਆ? ਮੈਂ ਅੱਜ SIT ਨੂੰ ਕਹਿ ਕੇ ਆਇਆ, ਮੈਂ ਜਿਹਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਉਹਦੇ ਕੋਲ ਕਿਹੜਾ ਕਾਨੂੰਨ ਦਾ ਉਹਦੇ ਅਧਿਕਾਰ ਹੈ ਕਿ ਇਹ PO ਨਾਲ ਪਕਰੇਮ ਡਿਫੈਂਡਰ ਕੋਰਟਾਂ ਦੇ, ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ, ਆਪਦੇ ਘਰ 'ਚ ਰੱਖ ਸਕਦਾ ਸੀ, ਸਿਕਿਉਰਿਟੀ ਦੇ ਸਕਦਾ ਸੀ, ਉਹਨਾਂ ਦੇ ਆਖੇ ਥਾਣੇਦਾਰ ਲਾਉਂਦਾ ਸੀ, ਇਨਲੀਗਲ ਡਿਟੈਂਸ਼ਨ ਜੇਲ੍ਹਾਂ ਬਣਾਉਣ ਦੀ ਗੱਲ ਕਰਦਾ ਸੀ, ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ, ਇਹ ਜਿਹਾ ਗੈਰ ਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੇ ਧੱਜੀਆਂ ਉਡਾ ਸਕਦਾ, ਕੁਛ ਕਰ ਸਕਦਾ? ਇਸ ਲਈ ਇਹਦੇ ਖਿਲਾਫ਼ ਮੈਂ ਐਕਸ਼ਨ ਦੀ ਮੰਗ ਕੀਤੀ ਹੈ। ਹਾਂ, ਜੇ ਨਹੀਂ ਕਰੂਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵੰਤ ਮਾਨ ਕਿੱਥੇ ਖਲੋਤੇ ਇਹਨਾਂ ਦੇ ਮਸਲੇ 'ਚ, ਇਹੋ ਜਿਹੇ ਅਫਸਰਾਂ ਦੇ ਮਸਲੇ 'ਚ। ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ। ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਦਿਆ, 18 ਨੂੰ ਤੁਹਾਨੂੰ ਸੱਦਿਆ, ਮੈਨੂੰ ਵੀ ਤਾਂ ਸੱਦਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਹੈ।
ਫਰਕ ਇੰਨਾ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ, ਪਤਾ ਨਹੀਂ ਕਾਹਦੀ ਘਬਰਾਹਟ। ਜਹਾਜ਼ ਭੇਜ ਦਿਆਂਗੇ, ਵਿਪਾਸਨਾ ਦਾ ਕੋਰਸ ਕਰਨਾ ਤੇ ਪਹਿਲਾਂ ਕਰ ਲਓ, ਮਗਰ ਜਾ ਆਇਓ ਕੋਈ ਨਹੀਂ। ਫੇਰ ਕੀ ਆ, ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ, ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ, ਅਸੀਂ ਪਾਲਣਾ ਕਰਦੇ ਹਾਂ, ਉਹ ਧੱਜੀਆਂ ਉਡਾਉਂਦਾ। ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਤੇ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ। ਇਸ ਲਈ ਮੈਂ ਤੁਹਾਡਾ ਸਭ ਦਾ ਬੜਾ ਮਸ਼ਕੂਰ ਆ, ਪੂਰੀ ਅਸੀਂ ਕਾਰਪੋਰੇਸ਼ਨ ਕਰ ਰਹੇ ਹਾਂ ਔਰ ਹਰ ਤਰੀਕੇ ਨਾਲ, ਕਿਉਂਕਿ ਇਹ ਸਾਰੇ ਇੱਕ ਇਹ ਵੀ ਧਿਆਨ 'ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ 'ਚ ਸੈਟਲ ਹੋ ਗਏ ਆ, ਕੋਰਟ ਨੇ ਇਹਨਾਂ 'ਚ ਵਰਡਿਕਟ ਦੇ ਦਿੱਤਾ। ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ, ਕੋਰਟ ਦੇ ਫੈਸਲਿਆਂ ਤੋਂ ਬਾਅਦ ਵੀ ਸਰਕਾਰ ਹੋ ਗਈ ਹੈ। ਮੈਂ ਨਾ ਮੰਨੂ, ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਬਿਹਾਫ 'ਚ ਮੇਰੇ ਤੋਂ ਮਾਫ਼ੀ ਮੰਗੀ ਹੈ, ਮੈਂ ਉਹਨਾਂ ਦੀ ਕਦਰ ਕਰਦਾ ਇਸ ਗੱਲ ਦੀ। ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ, ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ, ਫਿਰ ਹੁਣ ਕਿਉਂ ਬਹਿ ਗਿਆ ਉੱਥੇ? ਉਹਨੇ ਤਾਂ ਮਾਫ਼ੀ ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ, ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਹੈ, ਇਸ ਲਈ ਚਲੋ ਇਹਨਾਂ ਨੇ ਆਪਦਾ ਕੰਮ ਕਰਨਾ, ਅਸੀਂ ਆਪਦਾ ਕੰਮ ਕਰਨਾ। ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕੋਆਪਰੇਟ ਕੀਤਾ ਔਰ ਅੱਜ ਵੀ ਕਰ ਰਿਹਾ। ਔਰ ਜਿਹੜਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਹੋਇਆ, ਉਹਦੀ ਰਾਜੇ ਵੜਿੰਗ ਨੂੰ ਵਧਾਈ ਅਤੇ ਭਗਵੰਤ ਮਾਨ ਨੂੰ ਵਧਾਈ। ਭਾਈ ਹੁਣ ਤਾਂ ਤੁਹਾਡਾ ਪ੍ਰਧਾਨ ਹੀ ਪ੍ਰਧਾਨ ਜੀ, ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ 'ਚ ਕਰਦਾ ਸੀ ਅੰਦਰ, ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ। ਔਰ ਹੁਣ ਰਾਤ ਦੇ ਹਨੇਰੇ ਨਹੀਂ, ਹੁਣ ਤਾਂ ਦਿਨੇ ਮਿਲਿਆ ਕਰਿਓ, ਆਪਸ 'ਚ ਗਲਵੱਕੜੀ ਪਾਇਆ ਕਰੋ, ਅਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ 'ਚੋਂ ਸਮਝੋ ਚੰਡੀਗੜ੍ਹ 'ਚ ਤਾਂ ਕੱਢ ਤੇ। ਇਹਨਾਂ ਦਾ ਸਮਝੌਤਾ ਹੋ ਹੀ ਗਿਆ ਮੇਅਰ ਦੀ ਇਲੈਕਸ਼ਨ 'ਚ, ਉੱਥੇ ਕੇਜਰੀਵਾਲ ਸਾਹਿਬ ਨੇ ਆਪਦਾ ਸਕਾਫ ਖੜਗੇ ਸਾਹਿਬ ਨੂੰ ਪਾਤਾ। ਇੱਥੇ ਵੀ ਪੰਜਾਬ 'ਚ ਵੀ ਖੁਸ਼ਖਬਰੀ ਆਈ ਲੋ, ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜੂ ਕਿ ਜਿਹੜੇ 9 ਦੀ ਲੀਡਰ ਆਫ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕਵਾਉਂਦੇ ਸਨ, ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ। ਅਕਾਲੀ ਦਲ ਦਾ ਸਮਝੌਤਾ ਹੋ ਰਿਹਾ ਜੀ ਬੀਜੇਪੀ ਦੇ ਨਾਲ, ਜਿਵੇਂ ਤੁਸੀਂ ਕਹਿ ਰਹੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਹੋ ਹੀ ਗਿਆ, ਮਤਲਬ ਹੁਣ ਜਿਨ੍ਹਾਂ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾਲਾ, ਉਹਨਾਂ ਦੀ ਤਾਂ ਲੈਂਦਾ ਨਹੀਂ, ਜਿਨ੍ਹਾਂ ਦੀ ਉਹ ਯਾਦ ਤਾਂ ਕਹਿ ਮੈਂ ਕਬੂਲ ਕੀਤੀ ਇਹ ਵਧਾਈ। ਬੀਐਸਪੀ ਦੇ ਮਾਇਆਵਤੀ ਨੇ ਵੀ ਕਿਹਾ ਇਸ ਗੱਲ ਦੀ, ਮਾਇਆਵਤੀ ਜੀ ਨੇ ਕਿਹਾ 13 ਲੜਾਂਗੇ ਲੋਕਸਭਾ ਦੇ, ਨਹੀਂ ਕਿਹਾ ਜੀ ਮਾਇਆਵਤੀ ਜੀ ਨੇ। ਬੇਨੀਵਾਲ ਸਾਹਿਬ ਜਿਹੜੇ ਇੱਥੋਂ ਦੇ ਇੰਚਾਰਜ ਹੈ, ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ ਕਿ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ, ਪੰਜਾਬ ਤੋਂ ਬਾਹਰ ਉਹ ਇਕੱਲੇ ਲੜਨਗੇ, ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ। ਅੱਜ ਕਿੰਨੇ ਕੁ ਸਵਾਲ ਪੁੱਛੇ ਜੀ ਔਰ ਵਿਵਹਾਰ ਕਿਆ ਰਿਹਾ ਉਹਨਾਂ ਦਾ? ਦੇਖੋ ਮੇਰੇ ਤੋਂ ਕਿਉਂ ਪੁੱਛਦੇ ਹੋ, ਉਹ ਪੰਨੂ ਨੂੰ ਪੁੱਛ ਲਓ ਨਾ, ਗੰਜੂ ਨੂੰ ਜਾ ਕੇ, ਉਹਨੇ ਦੱਸ ਹੀ ਦੇਣਾ ਤੁਹਾਨੂੰ। ਵੈਸੇ ਮਨ ਘਣਤ ਕਹਾਣੀਆਂ ਬਣਾ ਕੇ ਪੇਸ਼ ਕਰਦੇ ਆ, ਮੈਂ ਤਾਂ ਕਹਿੰਦਾ ਅਗਲੀ ਵਾਰੀ ਭਗਵੰਤ ਮਾਨ ਜੇ ਉਹਦੇ 'ਚ ਜਾਨ ਹੈ ਉਹ ਆਪ ਆਵੇ, ਸਟੇਡੀਅਮ 'ਚ ਰੱਖ ਲਓ, ਤੁਸੀਂ ਉੱਥੇ ਸਵਾਲ ਜਵਾਬ ਕਰ ਲਿਓ ਸਿੱਟ ਦੇ, ਕਿਉਂਕਿ ਤੁਸੀਂ ਸਿੱਟ ਕੌਣ ਬਣਾ ਰਿਹਾ? ਭਗਵੰਤ ਮਾਨ ਬਣਾ ਰਿਹਾ, ਰਿਪੋਰਟਿੰਗ ਭਗਵੰਤ ਮਾਨ ਨੂੰ ਹੋ ਰਹੀ ਹੈ, ਸਵਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ। ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ ਦੇਣੇ ਨੇ? 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰਨ, ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਛ ਬਣਾਉਣਾ, ਹੁਣ ਲੱਭ ਰਹੇ ਆ, ਬਣਾਉਣਗੇ ਕਹਾਣੀ ਪਾਉਣਗੇ, ਤੁਹਾਨੂੰ 2 ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ 'ਚ ਸੱਚ ਦੀ ਜਿੱਤੂ। ਐਸਜੀਪੀਸੀ ਦੀ ਰਿਪੋਰਟ ਦੇ ਵਿੱਚ ਸੁਲਤਾਨਪੁਰ ਲੋਧੀ ਗੋਲੀ ਕਾਂਡ ਦਾ ਦੋਸ਼ੀ ਦੱਸਿਆ ਭਗਵੰਤ ਮਾਨ ਨੂੰ,
ਦੇਖੋ 100% ਭਗਵੰਤ ਮਾਨ ਦੋਸ਼ੀ ਆ ਜੀ। ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਆ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ SSP ਵਤਸਲਾ ਗੁਪਤਾ ਦੇ ਖਿਲਾਫ, DIG ਭੁਪਤੀ ਦੇ ਖਿਲਾਫ, ਇੱਕ ਉੱਥੇ DSP ਸੀ ਜਸਪ੍ਰੀਤ ਜਾਂ ਕੀ ਨਾਂ ਫਗਵਾੜੇ ਦਾ, ਉਹਦਾ ਮੈਂ ਉੱਥੇ ਨਾਂ ਦੱਸਿਆ ਸੀ। ਸਬ ਇੰਸਪੈਕਟਰ ਆ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉੱਥੇ ਗੱਲਾਂ ਜੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ। 1000 ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ ਚ ਭਾਈ, ਕਿਹਨੂੰ ਇਜਾਜ਼ਤ ਹੈ ਫਾਇਰਿੰਗ ਦੀ? ਔਰ ਜੇ ਅੱਜ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜੀ ਜਿਹੜੇ ਸਰਕਾਰੀ ਬਾਬੇ ਨੇ ਜਿਹੜੇ ਜਾ ਕੇ ਮਤੇ ਪਾਉਂਦੇ ਦਿੱਲੀ, ਅੱਜ ਉਹਨਾਂ ਨੂੰ ਵੀ ਸਵਾਲ ਉੱਠਣੇ ਆ ਕਿ ਗੁਰੂ ਘਰ ਗੋਲੀ ਚੱਲੀ ਆ, ਬੇਰ ਸਾਹਿਬ ਦੇ ਸਭ ਨੇ ਗੋਲੀ ਚੱਲੀ ਹੈ, ਬੂਟ ਪਾ ਕੇ ਲੋਕ ਗੁਰੂ ਘਰ ਚ ਸ਼ਾਮਲ ਹੋਏ ਆ, ਅਖੰਡ ਪਾਠ ਸਾਹਿਬ ਖੰਡਿਤ ਕੀਤੇ ਗਏ ਆ ਔਰ ਅੱਜ ਵੀ ਨਹੀਂ ਬੋਲਦੇ। ਇਹ ਤੋਂ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ, ਗੁਰੂ ਮੁੱਖ ਨਹੀਂ। ਵੀਡੀਓ ਦੀ ਗੱਲ ਕੀਤੀ ਸੀ ਜੀ, ਕਦੋਂ ਸੁਭਾਵਿਕ ਆ, ਜਵਾਬ ਹੈ ਹੀ ਕੋਈ ਨਹੀਂ। ਦੇਖੋ ਤੁਸੀਂ ਸਭ ਤੋਂ ਵੱਡੀ ਅਗਲੀ ਗੱਲ, SDM ਕਹਿੰਦਾ ਫਾਇਰਿੰਗ ਹੋਈ ਨਹੀਂ ਤੇ ਮੈਂ ਪਰਮਿਸ਼ਨ ਕੀ ਦੇਣੀ ਸੀ, ਕਿਉਂਕਿ ਮੈਜਿਸਟਰੇਟ ਦਿੰਦਾ ਲਾ ਐਂਡ ਆਰਡਰ ਚ, ਮੈਜਿਸਟਰੇਟ ਕਹਿੰਦਾ ਫਾਇਰਿੰਗ ਹੀ ਨਹੀਂ ਹੋਈ ਤੇ ਵੀਡੀਓ ਤਾਂ ਤੁਹਾਡੇ ਸਾਹਮਣੇ ਆ ਗਈ ਕਿ ਫਾਇਰ ਕਿੰਨੇ ਚੱਲੇ। ਹੁਣ ਕੀ ਜਵਾਬ ਦਊਗੀ SSP? ਅੱਜ ਦਾ ਪਰਚਾ ਦਰਜ ਹੋਵੇ, ਕੱਲ ਨਾ ਹੋਵੇ, ਸਾਲ ਬਾਅਦ, 2 ਸਾਲ ਬਾਅਦ ਇਹ ਪਰਚਾ ਦਰਜ ਹੋਣਾ ਹੀ ਹੋਣਾ। ਇਹ SSP, DIG ਮੌਕੇ ਦੇ ਉਹਨਾਂ ਅਫਸਰਾਂ ਤੇ ਸਭ ਤੇ ਦਰਜ ਹੋਣਾ ਜਿਹੜੇ ਉੱਥੇ ਮੌਕੇ ਤੇ ਇਹ ਧੱਕੇ ਸ਼ਾਹੀ ਗੁਰੂ ਘਰ ਤੇ ਦਾਖਲ ਹੋ ਕੇ ਬੂਟ ਪਾ ਕੇ। ਔਰ ਮੈਂ ਹੋਰ ਦੱਸ ਦਿਆਂ, ਮੇਰੇ ਨੋਟਿਸ ਚ ਜਿਹੜੀ ਇੱਕ ਹੋਰ ਗੱਲ ਆਈ ਆਫਟਰ ਮਾਈ ਜਲੰਧਰ ਪ੍ਰੈਸ ਕਾਨਫਰੰਸ, ਇਹ ਸ਼ਰਾਬ ਪੀ ਕੇ ਵੀ ਕਈ ਅਫਸਰ ਉੱਥੇ ਗਏ ਆ, ਕਿਉਂਕਿ ਪਹਿਲਾਂ ਇਹ 5 ਵਜੇ ਆਏ, ਫਿਰ ਇਹ 7 ਵਜੇ ਆਏ, ਫਿਰ ਇਹ 10 ਵਜੇ ਆਏ, ਕਿਉਂਕਿ ਉੱਥੇ ਸੰਗਤ ਬੜੀ ਸੀ ਉਦੋਂ ਦਾਖਲ ਨਹੀਂ ਹੋਏ, ਫਿਰ ਇਹ 4 ਵਜੇ ਦਾਖਲ ਹੁੰਦੇ। ਉਸ ਤੋਂ ਪਹਿਲਾਂ DSP ਫਗਵਾੜੇ ਦੇ ਘਰ ਚ ਬਹਿ ਕੇ ਕਈ ਅਫਸਰਾਂ ਨੇ ਸ਼ਰਾਬ ਪੀਤੀ, ਉਹ ਜਿਹੜਾ ਜਸਪ੍ਰੀਤ ਹੈ ਕੌਣ ਹੈ, ਔਰ ਕਈ ਅਫਸਰ ਸ਼ਰਾਬੀ ਹਾਲਤ ਚ ਗੁਰੂ ਘਰ ਚ ਦਾਖਲ ਹੋਏ ਆ। ਕਿ ਇਹ ਅੱਜ ਦਾ ਹਾਲਾਤ ਨੇ ਲਾਅ ਐਂਡ ਆਰਡਰ ਦੇ, ਔਰ ਕਿਸ ਤਰੀਕੇ ਨਾਲ ਕੰਟਰੈਕਟ ਕਿਲਿੰਗ ਹੋ ਰਹੀ ਹੈ, ਲਾਅ ਐਂਡ ਆਰਡਰ ਦਾ ਜੋ ਹਾਲਾਤ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ। ਪੁਲਿਸ ਨੂੰ ਸਿਰਫ ਤੇ ਸਿਰਫ CM ਫੈਮਿਲੀ ਦੀ ਸਿਕਿਉਰਿਟੀ ਵਾਸਤੇ ਤੇ ਵਿਰੋਧੀ ਦੀ ਬਦਲਾਖੋਰੀ ਵਾਸਤੇ ਵਰਤਿਆ ਜਾ ਰਿਹਾ, ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਨਹੀਂ ਹੈ। ਲਾਅ ਐਂਡ ਆਰਡਰ ਪਟਿਆਲੇ ਚ ਵੀ ਖਰਾਬ ਹੋ ਰਿਹਾ, ਕੱਲ ਵੀ ਕੇਬਲ ਦੇ ਦਫ਼ਤਰ ਤੋਂ 25-30 ਲੱਖ ਰੁਪਏ ਦਾ ਸਮਾਨ ਸ਼ਟਰ ਤੋੜ ਕੇ ਚੋਰੀ ਕਰ ਲਿਆ ਜੀ, ਸ਼ਟਰ ਚੋਰੀ ਕਰ ਰਿਹਾ, ਪੁਲਿਸ ਰਿਪੋਰਟ ਨਹੀਂ ਲਿਖੀ। DGP ਵੀ ਧਮਕੀ ਆਈ ਹੈ, ਕਹਿੰਦੇ ਵੀ ਜਿਹੜੇ ਸਿੱਖ ਫੋਰ ਜਸਟਿਸ ਨੇ ਧਮਕੀ ਦਿੱਤੀ ਹੈ ਵੀ ਅਸੀਂ ਜਿਹੜਾ ਹੈਗਾ ਉਹ ਜਾਣ ਤੋਂ ਮਾਰਾਂਗੇ। ਚਲੋ ਦੇਖੋ ਮੈਂ ਇਸ ਗੱਲ ਦੇ ਤਾਂ ਨਹੀਂ ਖਿਲਾਫ ਹਾਂ ਕਿਸੇ ਨੂੰ DGP ਨੂੰ ਜਾਂ ਮੁੱਖ ਮੰਤਰੀ ਨੂੰ ਧਮਕੀ ਦੇਵੇ, ਮੈਂ ਉਸ ਗੱਲ ਦੇ ਖਿਲਾਫ, ਮਗਰ ਪੰਜਾਬ ਦੇ ਲਾਅ ਐਂਡ ਆਰਡਰ ਦੇ ਕੀ ਹਾਲਾਤ ਬਣੇ ਆ, ਜਿਹੜਾ ਕੋਈ ਗੱਲ ਕਰੇ ਸੱਚਾਈ ਦੀ, ਜੋ ਪੰਜਾਬੀ ਨੌਜਵਾਨਾਂ ਤੇ ਜਿਸ ਤਰੀਕੇ ਨਾਲ NSA ਲਾ ਕੇ ਧੱਕੇਸ਼ਾਹੀ ਕੀਤੀ ਆ, ਗੁਰੂ ਘਰ 'ਚ ਗੋਲੀਆਂ ਚੱਲਣ ਤੇ ਚੀਫ ਮਿਨਿਸਟਰ ਅੱਖਾਂ ਮੀਟ ਲਵੇ, ਇਹ ਕੋਈ ਬਰਦਾਸ਼ਤ ਨਹੀਂ ਕਰ ਸਕੂਗਾ। ਅੱਜ ਨਹੀਂ ਤੇ ਕੱਲ ਇੱਥੇ ਕਾਰਵਾਈ ਹੋਊਗੀ, ਕਿਉਂਕਿ ਮੁੱਖ ਮੰਤਰੀ ਆਪ ਕਹਿੰਦੇ ਆ ਕਿ ਮੁੱਖ ਮੰਤਰੀ ਤੇ ਇਜਾਜ਼ਤ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ। ਤੇ ਭਾਈ ਇਹ ਸਭ ਨੂੰ ਪਤਾ ਕਿ ਇੱਥੇ ਜਿਵੇਂ ਜੇਲ੍ਹ ਦੇ ਇੰਟਰਵਿਊ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਹੋਈ ਹੈ ਨਾ, ਲਾਰੈਂਸ ਬਿਸ਼ਨੋਈ ਦੀ,
ਇਹ ਗੋਲੀ ਵੀ ਚਾਹੇ ਉਹ ਇੱਥੇ ਪਟਿਆਲੇ ਚੱਲੀ ਸੀ ਉਦੋਂ ਕਾਲੀ ਮਾਤਾ ਮੰਦਿਰ ਦੇ ਅੱਗੇ ਮੰਦਿਰ ਦੇ ਅੰਦਰ ਜਾਂ ਬਾਹਰ, ਔਰ ਉਸ ਵੇਲੇ ਵੀ ਲੋਕ ਲੁਕੋਏ ਗਏ ਸਨ, ਹੁਣ ਵੀ ਲੋਕ ਲੁਕੋਏ ਜਾ ਰਹੇ ਜਿਹੜੇ ਫੱਟੜ ਹੋਏ ਆ, ਚਾਹੇ ਸੁਲਤਾਨਪੁਰ ਗੋਲੀ ਚੱਲੀ ਹੈ, ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਗੈਰ ਨਹੀਂ ਚੱਲੀ। ਪਟਿਆਲੇ ਦੇ ਵਿੱਚ ਵੀ ਕਾਰੋਬਾਰ ਦੇ ਕਬਜ਼ੇ ਹੋ ਰਹੇ, ਲੋਕਾਂ ਦੇ ਕਾਰੋਬਾਰ ਦੇ ਕਬਜ਼ੇ ਹੋ ਰਹੇ ਪਟਿਆਲੇ ਦੇ ਕੇਬਲ ਦੇ ਦਫ਼ਤਰ ਦੇ ਵਿੱਚ 25-30 ਲੱਖ ਦਾ। ਦੇਖੋ ਕੇਬਲ ਦੇ ਫਾਸਟਵੇ ਦੇ ਹੱਕ 'ਚ ਆਨਰੇਬਲ ਕੋਰਟ ਨੇ ਬੜੀ ਸਖ਼ਤ ਟਿੱਪਣੀ ਦਿੱਤੀ ਆ, ਜਿਸ ਤਰੀਕੇ ਨਾਲ ਗੁਰਦੀਪ ਸਿੰਘ ਨੂੰ ਫਾਸਟਵੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇੱਥੇ ਜਿਹੜਾ ਇੱਕ MLA ਆਪਦੇ ਆਪ ਨੂੰ ਫੁੱਫੜ ਦੱਸਦਾ, ਉਸ ਵੱਲੋਂ ਕੀਤਾ ਜਾ ਰਿਹਾ, ਉਹ ਫੁੱਫੜ ਨੂੰ ਵੀ ਕਹੂੰਗਾ ਬੰਦਾ ਬਣ ਜਾ ਪਹੂ, ਪਤਾ ਨਹੀਂ ਜਿਹਦਾ ਵੀ ਤੂੰ ਫੁੱਫੜ ਆ। ਇਹ ਕੰਮ ਨਹੀਂ ਠੀਕ, ਗਲਤ ਕੰਮ ਦਾ ਅਖੀਰ 'ਚ ਭੁਗਤਣੀ ਪੈਂਦੀ ਆ, ਔਰ ਉਹਨੂੰ ਵੀ ਭੁਗਤਣੀ ਪਊਗੀ, ਔਰ ਜੋ ਉਹਦੇ ਆਖੇ ਗਲਤ ਕੰਮ ਕਰ ਰਿਹਾ ਉਹ ਵੀ ਸੁਚੇਤ ਰਹਿਣ ਪਾਈ। ਹੁਣ ਅੱਜ ਇੱਥੋਂ ਵਿਹਲੇ ਹੋਏ ਆ, ਆ ਗਏ ਸ਼ਾਮ ਨੂੰ, ਹੁਣ ਤੁਹਾਡੇ ਨਾਲ ਵਾਅਦਾ ਕਿ ਝੰਡਾ ਲਹਿਰਾਉਣ ਤੋਂ ਪਹਿਲਾਂ ਇਹ ਵੀਡੀਓ ਮੈਂ ਬੜੀ ਛੇਤੀ ਨਹੀਂ ਕਰੀਦਾ ਹੁੰਦਾ ਮੇਰਾ ਵੀਰ, ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜਿਹੀ ਅਥਾਰਟੀ ਅੱਗੇ ਜਾ ਕੇ ਦਊਂਗਾ ਜਿਹਦੇ ਇਹਦੇ 'ਚ ਨਿਰਪੱਖ ਜਾਂਚ ਹੋ ਕੇ ਸੱਚਾਈ ਤੁਹਾਡੇ ਸਾਹਮਣੇ ਆਵੇ, ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ, ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ, ਔਰ ਉਸ ਮੰਤਰੀ ਨੂੰ ਵੀ ਪਤਾ ਨਾਮ ਆਈ ਜਾਣਾ ਜਦੋਂ ਵੀਡੀਓ ਆ ਗਈ ਤੇ ਨਾ ਕੀ ਸ਼ਕਲ ਆ ਜਾਣੀ ਸਾਹਮਣੇ। ਮਗਰ ਹਾਂਜੀ ਵਿਕਰਮ ਸਿੰਘ ਮਜੀਠੀਆ, ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ, ਨਾ ਮਾਲਵੇ ਦਾ ਚਾਹੀਦਾ, ਨਾ ਦੁਆਬੇ ਦਾ ਚਾਹੀਦਾ, ਉਹ ਕੱਲਾ ਤੇ ਕੱਲਾ ਝਾੜੂ ਵਾਲੇ ਹੀ ਅਰਖੇ ਦੀ ਹਰਕਤ ਕਰ ਸਕਦੇ ਆ ਭਾਈ, ਇਹ ਚੰਗੇ ਕੰਮ ਨਹੀਂ। ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜਿੱਦਣ ਮੈਂ ਵੀਡੀਓ ਆਉਣੀ ਹੈ, ਵੀਡੀਓ ਜਿਨ੍ਹਾਂ ਨੂੰ ਮੈਂ ਦੇਣੀ ਹੈ, ਤੁਹਾਨੂੰ ਸਭ ਨੂੰ ਬੇਨਤੀ ਆ ਕਿ ਆਪਦੇ ਮੋਬਾਈਲ ਫੋਨ ਨਿਆਣਿਆਂ ਨਿਊਣਿਆਂ ਕੋਲੋਂ ਖੋਲਿਓ, ਆਪ ਵੀ ਵੇਖਿਓ ਨਾ ਹੀ ਵੇਖਿਓ, ਮੈਂ ਤਾਂ ਸਲਾਹ ਹੀ ਦੇ ਸਕਦਾ, ਬਾਕੀ ਸਵਾਰੀ ਆਪਦੀ ਸਮਾਨ ਲਈ ਆਪ ਜਿੰਮੇ। ਉਹ ਹੋਰ ਕੀ ਆ ਮੇਰਾ ਵੀਰ, ਹੋਰ ਕੀ ਆ, ਤੁਸੀਂ 5-6 ਸਿੱਟਾਂ ਬਦਲਣ ਦੀ ਲੋੜ ਪੈਂਦੀ ਆ, ਜੇ ਕੋਈ ਗੱਲ ਹੋਵੇ ਤੇ ਪਹਿਲੀ ਸਿੱਟ ਹੀ ਮੁਕਾ ਦਿੰਦੀ, ਜਿਹੜੀ ਸਿੱਟ ਦਬਾ ਨਹੀਂ ਚੱਲਦੀ ਉਹਨੂੰ ਬਦਲ ਦਿੰਦੇ। ਉਹ ਆਈ ਜਾਣੀ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਖਬਰ ਆਉਣੀ ਹੈ, ਮੈਨੂੰ ਤਾਂ ਦਾਸ ਨੂੰ ਤੁਸੀਂ ਦੱਸ ਦਿਓ ਕਿ ਆ ਗਈ ਚਿੱਠੀ ਆ ਗਈ। ਥੈਂਕ ਯੂ ਸਰਕਾਰ ਵਿਕਰਮ ਸਿੰਘ ਮਜੀਠੀਆ। ਲਾਲੀ ਬਾਈਕ ਦੇ ਲਾਲੀ ਮਾਈਕ ਦੇਖ ਸਕਦੇ ਹੋ।